जी सत श्रीकाल जी, की हाल चाल ने तुहाडे सारिआं दे। अज आपां लैण चले आ ग्रोसरी। सो अंग्रेजी ग्रोसरी लैण चले आ। असीं दो तरहां दी डिवाइड कीती होईआं ग्रोसरी। ग्रोसरी मीनस आपणे घर दा समान, रोटी पाणी दा, जो भी आपां समान चाहिदा हुंदा। सो एक देसी आ, एक अंग्रेजी आ। अज अंग्रेजी लैण चले आ आपां ग्रोसरी। जाण तों पहलां मैं तुहानूं तीन टिप्स दसणीआं चाहुंदा ग्रोसरी दे उत्ते सेव करन दी। बहुत ही वधीआ टिप्स ने, जे फॉलो करोगे तो अपने जो फालतू के खर्चे हो जाते ग्रोसरी के नहीं होंगे। टिप नंबर वन, ग्रोसरी की हमेशा पहला लिस्ट बना के चलो। जिवें आप गल करते हैं भी टेक्नोलॉजी सही तरीके ने यूज़ करना, तो मैं अपने फोन के एक ऐप डाउनलोड की हुई है लिस्टोनिक। सो उस अपने आइटम्स एड कर सकते हो, तो जिमें थोड़ी वाईफाई या मम ने उन्होंने भी सेम ऐप डाउनलोड की हो भी जो तुम कनैक्ट की होगी आपस, जो कि ईमेल के नाल हो जाती है, वह भी कुछ ऐड कर एक जगह पर इकट्ठी हो जाती है, विच इज़ गुड। फिर आप कुछ फालतू नहीं चकते। सैकेंड टिप, ग्रोसरी लाने तो पहला रज के खा के जाना, क्योंकि जो भुख लगी होंगी बंदा बहुत फालतू चीज़ा चकता, चिप्स चक लिया, अलम गलम इदा दीज़ा बहुत चकता, फिर जंक भी खा हो जाता। तो टिप नंबर थ्री, वेरी 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 इंपॉर्टेंट, अपनी वाइफ नू कदे भी कल्या ने ग्रोसरी लैन नहीं भेजना, क्योंकि फालतू खर्चा बहुत कर दिया ने। लो जी आ गई बिग येलो बिल्डिंग पैक एंड सेव दी। इतों ग्रोसरी लैने होने आप, इतने वरायटी बहुत आ, प्राइसिस भी गुड ने। लीन अपनी ट्रॉली लेके आई है नाल, नहीं ना ट्रॉली। तो जे किसी ने ऑनलाइन शॉपिंग करनी हो इतें हो जाती है, सारे थोड़े ऑर्डर रेडी होंगे आ, बस इतने अपना क्लिक एंड कलैक्ट कर सकते हो। बट आप इंजॉय करते हैं इतने आके बाय कर। सो जी मैं ऐप की गल करता आ रही इलेक्ट्रॉनिक, तो ये मैं इंडियन ग्रोसरी तो पैक एंड सेव वाली बनाई हुई है, तो आ गई लिस्ट अपनी। मैंने पिछे जाके ऑरेंज चक रही हूँ, अगले पास चक ला। पसंद नहीं आए? मैं बॉल्स का बदला लेना तेरे तो। ਇਹ ਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਆ, ਇਹਦੇ ਨਾਲ ਤੁਹਾਡੀ ਸਕਿਨ ਬਹੁਤ ਸੋਹਣੀ ਰਹਿੰਦੀ ਆ, ਅਤੇ ਇਹ ਕੈਂਸਰ ਤੋਂ ਵੀ ਬਚਾਉਂਦਾ ਆ। ਸੋ ਆਪਣੀ ਇੰਡੀਅਨ ਕਮਿਊਨਿਟੀ ਨੂੰ ਵੱਧ ਤੋਂ ਵੱਧ ਖਾਣਾ ਚਾਹੀਦਾ। ਬੀਟਰੂਟ ਆ ਜਿਹੜਾ ਕਾਇੰਡ ਆਫ ਸ਼ਲਗਮ ਨਹੀਂ ਹੁੰਦਾ ਚਿੱਟੇ ਰੰਗ ਦਾ, ਉੱਦਾਂ ਦਾ ਸ਼ਲਗਮ ਹੈ ਲਾਲ ਰੰਗ ਦਾ। ਇਹਨੂੰ ਤੁਸੀਂ ਕੁੱਕਰ 'ਚ ਚਾਰ ਸੀਟੀਆਂ ਮਰਾ ਲਓ, ਕੱਟ ਇੱਦਾਂ ਹੀ ਪਾ ਲਓ ਸਾਬਤ ਦੀ, ਚਾਰ ਪੰਜ ਸੀਟੀਆਂ ਮਰਾ ਕੇ ਇਹਨੂੰ ਛਿੱਲ ਕੇ ਬਸ ਉਹ ਕੱਟ ਕੇ ਖਾ ਕੇ ਦੇਖੋ। ਸੈਲਡ ਲਈ ਬਹੁਤ ਸਵਾਦ ਲੱਗਦਾ ਹੈ, ਮਿੱਠਾ ਹੁੰਦਾ ਹੈ, ਮਿੱਠਾ ਹੁੰਦਾ ਇਹਦਾ ਟੇਸਟ, ਸੈਲਡ 'ਚ ਬਹੁਤ ਵਧੀਆ ਰਹਿੰਦਾ। ਐਜ਼ ਏ ਸੈਲਡ ਸੈਂਡਵਿਚ ਲਾ ਲਓ ਜਾਂ ਉਂਝ ਖਾ ਲਓ ਨਾ। ਇਹਦਾ ਪ੍ਰਾਈਸ ਕੀ ਆ? ਮੈਨੂੰ ਇਹਦਾ ਪ੍ਰਾਈਸ ਫਿਲਹਾਲ ਤਾਂ ਚੱਲ ਰਿਹਾ ਆ $6 ਨੂੰ ਕਿਲੋ, ਪਰ ਥੋੜਾ ਬਹੁਤ ਸਸਤਾ ਵੀ ਕੀਵਰ ਲੱਗ ਜਾਂਦਾ ਹੈ, ਪਰ ਬਹੁਤ ਹੈਲਦੀ ਹੈ। ਜਿਵੇਂ ਬ੍ਰੋਕਲੀ ਬਹੁਤ ਹੈਲਦੀ ਆ, ਕੈਂਸਰ ਤੋਂ ਬਚਾਉਂਦੀ ਆ, ਉਦਾਂ ਹੀ ਬੀਟਰੂਟ ਬਹੁਤ ਹੈਲਦੀ ਹੁੰਦਾ। ਥੈਂਕ ਯੂ ਮੈਨੇ। ਤੇ ਆ ਕੀ ਆ ਮੈਨੇ $89.99 ਨੂੰ ਕਿਲੋ, $90 ਨੂੰ ਚਿੱਲੀ। ਓ ਮਾਈ ਗੋਡ, ਆ ਮਿਰਚਾਂ ਦਾ ਪ੍ਰਾਈਸ ਦੇਖੋ, ਆ ਦੇਖੋ, ਆ ਨਾਰਮਲ ਜੀ ਮਿਰਚ ਆ ਜਿਹੜੀ ਲੱਗਦਾ ਹੈ ਸਪਾਈਸੀ ਪੂਰਾ ਹਟਾ। बनाना $2 नू किलो, की रौला पाया है? चीका क्यों मार दिया? ਜਿਵੇਂ ਚਿਕਨ ਆ ਬੋਨਲੈਸ, ਵੀ ਜਿਵੇਂ ਹੱਡੀ ਕੱਢੀ ਹੁੰਦੀ ਆ ਵਿੱਚੋਂ, ਇਹਦੇ ਇਹਦਾ ਪ੍ਰਾਈਸ ਆ $6.99 ਆ। ਜੀ ਇਹ ਹਮਸ ਹੁੰਦੀ ਆ, ਹਾਂ ਲੋਕ ਮੇਨਲੀ ਕਰੈਕਰਾਂ ਨਾਲ ਚਿਪਸ ਦੇ ਨਾਲ ਜਿਵੇਂ ਕ੍ਰੀਮ ਚੀਜ਼ ਖਾਂਦੇ ਆ, ਡਿਪਿੰਗ ਸੌਸ ਖਾਂਦੇ ਆ। ਇਹ ਹਮਸ ਡਿਪਿੰਗ ਸੌਸ ਹੈ, ਬਹੁਤ ਹੈਲਦੀ ਹੁੰਦੀ ਆ, ਇਹ ਚ ਬੀਟਰੂਟ ਪਾਇਆ ਫਲੇਵਰ, ਇਹ ਚ ਪੰਪਕਿਨ ਫਲੇਵਰ। ਹਮਸ ਹੁੰਦੀ ਕੀ ਆ? ਹਮਸ ਹੈ ਜਿਹੜੀ ਇਹ ਚਿੱਟੇ ਛੋਲਿਆਂ ਤੋਂ ਬਣਦੀ ਆ, ਉਹਨਾਂ ਨੂੰ ਭਿਉਂ ਕੇ ਚਿੱਟੇ ਛੋਲਿਆਂ ਨੂੰ ਗ੍ਰਾਈਂਡ ਕਰਕੇ ਉਹ ਚ ਫਿਰ ਥੋੜਾ ਜਿਹਾ ਤੁਸੀਂ ਲਸਣ ਪਾ ਕੇ ਤੇ ਬੀਟਰੂਟ ਪਾ ਕੇ ਉਹਦੇ ਫਲੇਵਰ ਚੇਂਜ ਕਰ ਲੈਂਦੇ ਹੋ, ਜਿਹੜੇ ਮਰਜ਼ੀ ਰੰਗ ਦੀ ਬਣਾ ਲਓ। ਫਿਰ ਉਹ ਕਿਸੇ ਵੀ ਤਰ੍ਹਾਂ ਦੇ ਕਰੈਕਰ ਲੈ ਕੇ ਨਾਲ ਡਿਪ ਕਰ ਕਰ ਖਾਈ ਜਾਓ, ਵਧੀਆ ਚੀਜ਼ ਆ। ਮਤਲਬ ਡਿਪਿੰਗ ਸੌਸ ਆ, ਤੁਹਾਨੂੰ ਵੇਟ ਲਾਸ ਵੀ ਹੈਲਪ ਕਰਦੀ ਹੈ ਤੇ ਰਜਾ ਕੇ ਵੀ ਰੱਖਦੀ ਹੈ ਲੌਂਗ ਟਰਮ ਤੇ। ਗੁੱਡ, ਆਹ ਲੈਨੇ ਵੀ ਚੱਕ ਲਈ, ਉਹਨੇ ਵੀ ਲੈ ਲਈ ਆਪਣੀ। ਇਹਨਾਂ ਕਿਹੜੀ ਲੈਣੀ ਆ? ਕਿਹੜੀ ਲੈਣੀ ਆ ਲੀਨਾ, ਹਮਸ ਤੋਂ ਇਹਨਾਂ ਵੀ ਆਪਣੀ ਟਰਾਲੀ ਚੱਕੀ ਫਿਰਦੀ ਆ।
ਇਹਨੇ ਕੀ ਲਿੱਤਾ? ਅੱਛਾ ਠੀਕ ਆ। ਇੱਥੇ ਅਲੱਗ ਅਲੱਗ ਤਰ੍ਹਾਂ ਦੇ ਫਲੇਵਰ ਦਹੀਂ ਨੇ ਅਤੇ ਮੈਂ ਜਸਟ ਇਗਜ਼ਾਮਪਲ ਹੀ ਦੱਸ ਦਿੰਦਾ, ਜਿਵੇਂ ਆਹ $4 ਦਾ ਇਹਦੇ ਵਿੱਚ 6 ਪੈਕ ਹੁੰਦੇ ਆ ਛੋਟੇ ਛੋਟੇ, ਅਤੇ ਆਹ ਵੱਡੇ ਪੈਕ ਵੀ ਮਿਲਦੇ ਜੋ ਤੁਸੀਂ ਲੈਣਾ ਲੈ ਸਕਦੇ। ਉਹਦੀਆਂ ਅਲੱਗ ਅਲੱਗ ਕਿਸਮਾਂ, ਡਾਰਕ ਬਲੂ ਫੁੱਲ ਫੈਟ ਵਾਲਾ ਹੁੰਦਾ ਜਾਂ ਲਾਈਟ ਬਲੂ ਢੱਕਣ ਜਿਹਦੇ ਹੁੰਦੇ ਆ ਉਸ, ਅਤੇ ਇਹਦਾ ਪ੍ਰਾਈਸ ਦੇਖ ਲਓ 395 ਆ 2 ਲੀਟਰ। ਆਹ ਮਫਿਨ ਨੇ ਮਿੱਠੇ, ਮਤਲਬ ਅਲੱਗ ਅਲੱਗ ਤਰ੍ਹਾਂ ਦਾ ਮਿੱਠਾ ਜਾਂ ਬ੍ਰੈਡ ਦਾ ਸੈਂਡਵਿਚ ਬਣਾਉਣੇ ਆ ਤੁਸੀਂ, ਕੁਛ ਵੀ ਕਰਨਾ ਉਹ ਲੈ ਸਕਦੇ ਹੋ। ਜਿਵੇਂ ਰੋਲ ਜੇ ਨੇ ਫੋਰ ਐਗਜ਼ਾਮਪਲ 6 ਦਾ ਪੈਕ ਆ 289 ਦਾ। ਇੱਥੇ ਅੱਗੇ ਕੇਕਸ ਵਗੈਰਾ ਪਏ ਨੇ, ਬਿਸਕੁਟ ਬਣਾਏ ਪਏ ਨੇ ਕਿਉਂਕਿ ਬੇਕਰੀ ਵੀ ਵਿੱਚ ਹੁੰਦੀ ਆ ਇਹਨਾਂ ਦੀ, ਸੋ ਆਹ ਕੇਕਸ ਨੇ ਸਿੰਪਲ ਜਿਵੇਂ ਆ 490। ਚਲੋ ਇੱਧਰ ਇੱਧਰ ਕੀ ਲੈਣਾ ਨੀ ਇਹਨਾਂ ਨੇ, ਕੁੜੀ ਨੇ ਰੌਲਾ ਪਾ ਕੇ ਗਿਆ ਕੁਛ ਖਾਣਾ, ਇਹਨੇ ਨਹੀਂ ਨਹੀਂ ਪਤਾ ਕੀ ਖਾਣਾ। ਕੀ ਖਾਣਾ ਸੀ? ਹੈਪੀ ਨੀਨਾ? ਨੀਨਾ ਹੈਪੀ? ਕੀ ਖਾਣਾ ਨੀਨਾ ਨੇ? ਨੀਨਾ ਨਾ। ਦੈਟਸ ਆਲ ਰਾਈਟ। ਚਿਕਨ ਚਿਕਨ ਯੂ ਲਾਈਕ ਚਿਕਨ? ਯਾ। ਓਕੇ ਯੂ ਲਾਈਕ ਫਿਸ਼? ਫਿਸ਼ ਲਾਈਕ ਕਰਦੇ? ਥੈਂਕ ਯੂ। ਹਾਲੋ ਨੀਨਾ। ਹਾਲੋ ਨੀਨਾ, ਹੁਣੀ ਖਾ ਲੈਣਾ ਮੈਨੂੰ ਲੱਗਦਾ ਨੀਨਾ ਨੇ। ਅੱਛਾ ਨੀਨਾ ਫਿਸ਼ ਖਾਂਦੀ ਸੀ? ਨੀਨੀ ਸ਼ਾਪਿੰਗ ਕਰਦੇ ਹੋਏ ਵੀ ਹੁੰਦਾ ਉਹਨਾਂ ਕੋਲ। ਹਾਂ ਇਹ ਪੀਨਟ ਬਟਰ ਹੁੰਦਾ ਜੋ ਕਿ ਮੂੰਗਫਲੀਆਂ ਦਾ ਬਣਦਾ ਆ, ਅਤੇ ਜੇ ਇਹਨੂੰ ਤੁਸੀਂ ਕੰਟਰੋਲ ਦੀ ਮਾਤਰਾ 'ਚ ਖਾਓਗੇ, ਮਤਲਬ ਜਿੰਨੀ ਕੁ ਲੋੜ ਹੈ ਡੇਲੀ ਤੁਹਾਨੂੰ ਜਿੰਨਾ ਕੁ ਚਾਹੀਦਾ ਉਨਾ ਖਾਓਗੇ, ਤਾਂ ਤੁਹਾਡੀ ਸਿਹਤ ਵੀ ਬਹੁਤ ਚੰਗਾ, ਇਹ 'ਚ ਬਹੁਤ ਪ੍ਰੋਟੀਨ ਹੁੰਦਾ ਆ ਅਤੇ ਨੈਚੁਰਲ ਆਇਲਸ ਹੁੰਦੇ ਆ ਪੀਨਟ ਬਟਰ 'ਤੇ, ਪੀਨਟਸ 'ਤੇ ਰਾਈਟ। ਉਹਦਾ ਬਟਰ ਬਣਾਇਆ ਜਾਂਦਾ ਵਿੱਚ ਆਇਲ ਪਾ ਕੇ ਗ੍ਰਾਈਂਡ ਕਰਕੇ, ਬਹੁਤ ਹੈਲਦੀ ਆ, ਬ੍ਰੇਕਫਾਸਟ ਆਪਸ਼ਨ ਆ ਜੀ। ਥੈਂਕ ਯੂ ਮਨੀ, ਬਹੁਤ ਵਧੀਆ ਐਕਸਪਲੇਨ ਕੀਤਾ ਤੂੰ। ਇਹ ਬ੍ਰੇਕਫਾਸਟ ਆਪਸ਼ਨ ਬਹੁਤ ਵਧੀਆ ਆ, ਬੱਚੇ ਵੀ ਲਾਈਕ ਕਰਦੇ ਆ। ਸੋ ਟਰਾਈ ਕਰ ਰਹੇ ਹਾਂ ਕਿ ਤੁਹਾਨੂੰ ਜਿਹੜੀਆਂ ਮੇਨ ਮੇਨ ਚੀਜ਼ਾਂ ਹੁੰਦੀਆਂ ਦਿਖਾਈਏ ਅਤੇ ਨਾਲ ਉਹਦੇ ਪ੍ਰਾਈਸ ਵੀ ਦੱਸੀਏ, ਹੈ ਨਾ। ਅਤੇ ਬਣੀ ਥੋੜ੍ਹਾ ਕੁਝ ਜ਼ਿਆਦਾ ਸੀਰੀਅਸ ਲੈ ਗਈ, ਕੁਝ ਜ਼ਿਆਦਾ ਐਕਸਪਲੇਨ ਕਰਨ ਲੱਗ ਜਾਂਦੀ ਵੀ ਉਹਦੇ ਵਿੱਚ ਇਨਗਰੀਡੀਐਂਟਸ ਕੀ ਨੇ। ਬਾਕੀ ਆ ਮੇਰੇ ਪਿੱਛੇ ਉਹ ਪਏ ਨੇ ਓਟਸ, ਵੀਟ ਬੇਕਸ, ਮਤਲਬ ਕਿ ਬ੍ਰੇਕਫਾਸਟ ਦੀਆਂ ਜਿਹੜੀਆਂ ਆਪਸ਼ਨਾਂ ਹੁੰਦੀਆਂ ਉਹ ਨੇ ਮੇਰੇ ਨਾਲ। ਅੱਛਾ ਇੱਕ ਚੀਜ਼ ਹੋਰ ਆ, ਜਿਹੜੇ ਓਟਸ ਜਾਂ ਕਿਸੇ ਵੀ ਚੀਜ਼ ਦੇ ਉੱਤੇ ਆਹ ਟਿੱਕ ਲਾਈ ਹੁੰਦੀ ਹੈ ਨਾ ਰੈੱਡ ਕਲਰ ਦੀ, ਇਹਨੂੰ ਹਰਟ ਟਿੱਕ ਕਹਿੰਦੇ ਆ। ਇਹ ਨਿਊਜ਼ੀਲੈਂਡ ਦੇ ਵਿੱਚ ਇੱਕ ਹਰਟ ਫਾਊਂਡੇਸ਼ਨ, ਉਹਨਾਂ ਨੇ ਚੈੱਕ ਕੀਤੇ ਹੁੰਦੇ ਆ ਪ੍ਰੋਡਕਟ। ਹਾਂਜੀ ਖਾਣਾ ਨਹੀਂ ਲਿਆ ਮਿੰਦਰ, ਤਾਂ ਉਹ ਜਿਹੜੇ ਪ੍ਰੋਡਕਟ ਦੇ ਵਿੱਚ ਸੈਚੂਰੇਟਡ ਫੈਟ ਘੱਟ ਹੁੰਦੀ ਆ, ਮਤਲਬ ਕੋਲੈਸਟਰੋਲ ਘੱਟ ਬਣਾਉਂਦੇ ਆ, ਉਹਨਾਂ 'ਤੇ ਟਿੱਕ ਲਾਉਂਦੇ ਆ। ਸੋ ਜੇ ਆਪਾਂ ਦੇਖ ਸਕਦੇ ਹੋਏ ਤਾਂ ਦੇਖੀਏ, ਇਹ ਵਧੀਆ ਚੀਜ਼ ਆ ਵੀ ਹਰਟ ਟਿੱਕ ਵਾਲਾ ਪ੍ਰੋਡਕਟ ਵਧੀਆ ਹੁੰਦਾ ਹਰਟ ਵਾਸਤੇ। ਕੁੜੀ ਤੰਗ ਕਰਨ ਲੱਗ ਗਈ, ਸੋ ਟਰਾਲੀ ਮੇਰੇ ਹਵਾਲੇ ਆ ਅਤੇ ਕੁੜੀ ਮਨੀ ਦੇ ਹਵਾਲੇ। ਤੁਹਾਨੂੰ ਕੁਛ ਮਿੱਠੀਆਂ ਚੀਜ਼ਾਂ ਦਿਖਾਉਣੀਆਂ ਸੀ, ਆਈਸ ਕ੍ਰੀਮ ਰਹਿ ਗਈ, ਆ ਰਿਹਾ ਆਈਸ ਕ੍ਰੀਮ। ਅਤੇ ਇਹਦੇ ਅਲੱਗ ਅਲੱਗ ਫਲੇਵਰਸ ਹੁੰਦੇ ਆ ਇਹਦੇ ਵਿੱਚ, ਜਿਵੇਂ ਕਿ ਮੇਰਾ ਫੇਵਰੇਟ ਹੈਗਾ ਵਨੀਲਾ ਅਤੇ ਮਨੀ ਦਾ ਹੈਗਾ ਕੁਕੀਜ਼ ਐਂਡ ਕ੍ਰੀਮ। ਸੋ 2 ਲੀਟਰ ਦੇ ਡੱਬੇ ਹੁੰਦੇ ਆ, ਇਹਦਾ $5 to $7 ਰੇਟ ਹੁੰਦਾ ਵਿੱਚ। ਅਤੇ ਬਾਕੀ ਆ ਪਿੱਛੇ ਉਹ ਐਂਡ ਤੱਕ ਦੇ ਲਓ ਉਹਦੀ ਵਰਾਇਟੀ ਆਈਸ ਕ੍ਰੀਮ ਦੀ, ਉਹ ਘੱਟੋ ਘੱਟ ਨਹੀਂ ਤਾਂ 40-50 ਤਰ੍ਹਾਂ ਦੇ ਫਲੇਵਰ ਹੋਣੇ ਆ। ਬਾਕੀ ਆਪਾਂ ਐਂ ਕਰਦੇ ਹਾਂ ਵੀਡੀਓ ਨੂੰ ਇੱਥੇ ਫਿਨਿਸ਼ ਕਰਦੇ ਹਾਂ। ਸੋ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿੰਨਾ ਹੋ ਸਕੇ ਕਵਰ ਕਰੀਏ ਮੇਨ ਮੇਨ ਇਨਗਰੀਡੀਐਂਟ। ਅਤੇ ਪਲੀਜ਼ ਡੂ ਲਾਈਕ ਐਂਡ ਸਬਸਕ੍ਰਾਈਬ ਆ ਚੈਨਲ ਦਾ ਅਰਬਨ ਗਾਈਡ। ਥੈਂਕ ਯੂ। ਪਲੀਜ਼ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕੋਨ 'ਤੇ ਦੱਬਣਾ ਨਾ ਭੁੱਲਿਓ। ਹੁਣ ਕੁੜੀ ਨੇ ਵੀ ਗਾਹ ਪਾਇਆ ਹੋਇਆ, ਇਹਨੂੰ ਵੀ ਘਰ ਲੈ ਕੇ ਚੱਲੀਏ, ਆਹ ਦੇਖੋ ਟਰਾਲੀ 'ਤੇ ਲਟਕ ਰਹੀ ਆ। ਬਾਕੀ ਸਮਾਨ ਲੈ ਲਿਆ ਆਪਾਂ, ਇੰਨਾ ਲੈਣਾ ਸੀਗਾ। ਅਤੇ ਚਲੋ ਠੀਕ ਆ ਜੀ ਫਿਰ, ਓਕੇ। ਹਾਲੋ ਜੀ, ਹੁਣ ਮਨੀ ਪੇ ਕਰਨ ਲੱਗੀ ਆ ਉਰੇ। ਹੁਣ ਆਪਣੇ ਨਾ ਜੇਬ ਢਿੱਲੀ ਕਰਨ ਦਾ ਟਾਈਮ ਆ ਗਿਆ ਆ, ਦੇਖੀਏ ਹੁਣ ਕਿੰਨਾ ਕੁ ਖਰਚਾ ਹੋ ਗਿਆ। ਆਪਾਂ ਲਿਸਟ ਨਾਲ ਸਟਿੱਕ ਰਹੇ ਹਾਂ ਆਪਣੀ, ਕਿ ਵੱਧ ਘੱਟ ਹੋ ਗਿਆ।
ਆਪਣੀ ਐਨੀ ਕਿ ਗਰੋਸਰੀ $170 ਦੀ ਆਈ ਆ ਜੋ ਕਿ ਬੇਸਿਕਲੀ ਇੱਕ ਹਫ਼ਤੇ ਦੀ ਗਰੋਸਰੀ ਆ ਜੋ ਸਿਰਫ ਆਪਣੀ ਅੰਗਰੇਜ਼ੀ ਗਰੋਸਰੀ ਆ ਅਤੇ ਮੇਨਲੀ $200 ਦੀ ਆ ਜਾਂਦੀ ਆ ਮਤਲਬ ਹਫ਼ਤੇ ਦੀ ਜੇ ਤੁਸੀਂ ਵਾਈਜ਼ਲੀ ਆਪਣੀ ਲਿਸਟ ਨਾਲ ਸਟਿੱਕ ਰਹਿੰਦੇ ਹੋ ਤਾਂ ਹੈਲਦੀ ਸਾਰਾ ਤੁਸੀਂ ਬਾਏ ਕਰਕੇ ਲਿਜਾ ਸਕਦੇ ਹੋ $200 ਦੇ ਵਿੱਚ ਪੂਰਾ 1 ਘੰਟਾ ਅਤੇ 45 ਮਿੰਟ ਲਵਾਏ ਨੇ ਮੰਨੇ ਨੇ ਸ਼ੋਪਿੰਗ ਕਰਾਉਣ 'ਚ ਅੱਜ ਜੇ ਹੀ ਸ਼ੋਪਿੰਗ ਮੈਂ ਕੀਤੀ ਹੁੰਦੀ ਤਾਂ 45 ਮਿੰਟ ਦੇ ਵਿੱਚ ਹੋ ਜਾਣੀ ਸੀਗੀ ਐਕਸਟਰਾ 1 ਘੰਟਾ ਲਵਾਤਾ ਅੱਜ